221 ਹੋਰ ਡਿਸਕਸ ਕਰਨ ਲੱਗੇ ਹਾਂ ਮਿਸ ਰੈਪਰੈਜ਼ੈਂਟੇਸ਼ਨ ਦਾ। ਆ ਕੇਸ ਲਿਖਿਆ ਹੋਇਆ ਸਾਹਮਣੇ ਦੇਖ ਰਹੇ ਹੋ ਸਕਰੀਨ ਤੇ, ਡੇਟ ਨੰਬਰ ਲਿਖੀ ਹੋਈ ਹੈ, ਜੱਜ ਦਾ ਨਾਮ, ਡਾਕਟ ਨੰਬਰ, ਸਾਈਟੇਸ਼ਨ ਨੰਬਰ, ਫੈਡਰਲ ਕੋਰਟ ਦੀ ਸੀਲ ਲੱਗੀ ਹੋਈ ਹੈ। ਇਹ ਤੁਸੀਂ ਸਰਚ ਕਰ ਸਕਦੇ ਹੋ ਗੂਗਲ ਤੇ ਜਾ ਕੇ, ਇਸ ਕੇਸ ਵੀ ਆਪਣੇ ਆਪ ਪੂਰਾ ਪੜ੍ਹ ਸਕਦੇ ਹੋ। ਕੇਸਿਸ ਮੈਂ ਮਿਸ ਰੈਪਰੈਜ਼ੈਂਟੇਸ਼ਨ ਕਿਉਂ ਡਿਸਕਸ ਕਰਦਾ, ਕਿਉਂਕਿ ਤੁਹਾਨੂੰ ਪਤਾ ਲੱਗ ਜਾਏ ਕਿ ਸਪਾਊਸ ਵੀਜ਼ਾ ਕਿੰਨਾ ਇੱਕ ਸੀਰੀਅਸ ਐਪਲੀਕੇਸ਼ਨ ਹੈ। ਜੇ ਤੁਹਾਡੇ ਘਰ ਜੈਨੂਇਨਨੈਸ ਨਹੀਂ ਪ੍ਰੂਵ ਹੋ ਰਹੀ, ਅਗਰ ਇੰਟਰਵਿਊ ਹੁੰਦਾ ਹੈ, ਅਗਰ ਜੈਨੂਇਨਨੈਸ ਨਹੀਂ ਪ੍ਰੂਵ ਹੋ ਰਹੀ, ਸੋ ਵੀਜ਼ਾ ਆਫੀਸਰ ਇਮੀਡੀਏਟਲੀ ਤੁਹਾਨੂੰ ਮਿਸ ਰੈਪਰੈਜ਼ੈਂਟੇਸ਼ਨ ਦੀ ਬੈਨ ਕਰ ਸਕਦੇ ਹਾਂ। ਇਸ ਕੇਸ ਵਿੱਚ ਵੀ ਮਿਸ ਰੈਪਰੈਜ਼ੈਂਟੇਸ਼ਨ ਬੈਨ ਕੀਤਾ, ਲੇਕਿਨ ਵਕੀਲ ਨੇ ਚੈਲੰਜ ਵੀ ਕੀਤਾ ਫੈਡਰਲ ਕੋਰਟ ਜਾ ਕੇ ਇਨ ਕੈਨੇਡਾ, ਫਿਰ ਵੀ ਜੱਜ ਨੇ ਵੀ ਨਹੀਂ ਮੰਨਿਆ ਕਿ ਉਹਨਾਂ ਦਾ ਮਿਸ ਰੈਪਰੈਜ਼ੈਂਟੇਸ਼ਨ ਗਲਤ ਹੈ। ਸੋ ਆਓ ਦੇਖਦੇ ਹਾਂ ਕਿ ਕੇਸ ਵਿੱਚ ਕਿਹੜੇ ਕਿਹੜੇ ਹਾਲਾਤ ਹੈ, ਕੀ ਬੈਕਗ੍ਰਾਉਂਡ ਹੈ, ਆਪਾਂ ਐਗਜ਼ਾਮੀਨੇਸ਼ਨ ਕਰਦੇ ਹਾਂ ਇਸ ਕੇਸ ਦਾ। ਕੇਸ ਦਾ ਨਾਮ ਪਾਰਟੀ ਲਿਖੀ ਹੋਈ ਹੈ, ਭੁਪਿੰਦਰ ਸਿੰਘ ਮਾਨ ਹੈ, ਮਿਨਿਸਟਰ ਆਫ ਇਮੀਗ੍ਰੇਸ਼ਨ, ਤੇ ਜੱਜਮੈਂਟ ਵੀ ਲਿਖਿਆ ਹੋਇਆ। ਥੋੜਾ ਓਵਰਵਿਊ, ਦਿਸ ਕੇਸ ਕੰਸਰਨਸ ਅ ਡਿਸੀਜਨ ਆਫ ਵੀਜ਼ਾ ਆਫੀਸਰ ਨਿਊ ਦਿੱਲੀ। ਐਪਲੀਕੇਸ਼ਨ ਐਪਲੀਕੈਂਟਸ ਰਿਫਿਊਜ਼ ਹੋਈ ਹੈ, ਜਿਹੜੀ ਵਰਕ ਪਰਮਿਟ ਹੋਈ ਹੈ, ਐਜ਼ ਅ ਕੰਪਨਿੰਗ ਸਪਾਊਸ ਆਫ ਇੰਡੀਅਨ ਨੈਸ਼ਨਲ ਹੂਜ਼ ਔਨ ਅ ਵਰਕ ਵਾਈਫ ਸਟੱਡੀ ਪਰਮਿਟ ਤੇ ਹੈ, ਤੇ ਹਸਬੈਂਡ ਨੇ ਵਰਕ ਪਰਮਿਟ ਅਪਲਾਈ ਕੀਤਾ ਓਪਨ ਵਰਕ ਪਰਮਿਟ, ਤੇ ਉਹ ਰਿਫਿਊਜ਼ ਹੋ ਗਿਆ। ਉਹਦੇ ਬਾਰੇ ਉਹਨਾਂ ਨੇ ਓਵਰਵਿਊ ਦੱਸਿਆ ਹੋਇਆ, ਤੇ ਦੇਖਦੇ ਹਾਂ ਥੋੜ੍ਹਾ ਥੋੜ੍ਹਾ ਹੌਲੀ ਹੌਲੀ ਕਰਕੇ। ਲਾਈਨ ਨੰਬਰ 2 ਮੈਂ ਪੜ੍ਹ ਰਿਹਾ ਕਿ ਆਫੀਸਰ ਨੇ ਐਪਲੀਕੇਸ਼ਨ ਵਰਕ ਪਰਮਿਟ ਰਿਫਿਊਜ਼ ਕੀਤੀ ਹੈ ਬਿਕੋਜ਼ ਦ ਐਪਲੀਕੈਂਟ ਹੈਡ ਫੇਲ ਟੂ ਪ੍ਰੋਵਾਈਡ ਸਫੀਸ਼ੀਐਂਟ ਐਵੀਡੈਂਸ ਔਰ ਐਕਸਪਲੇਨੇਸ਼ਨ ਟੂ ਸਪੋਰਟ ਇਸ ਕਲੇਮ ਦੈਟ ਦ ਮੈਰਿਟਲ ਰਿਲੇਸ਼ਨਸ਼ਿਪ ਇਜ਼ ਜੈਨੂਇਨ। ਮੈਰਿਟਲ ਰਿਲੇਸ਼ਨਸ਼ਿਪ ਜੈਨੂਇਨ ਨਹੀਂ ਅਗਰ ਉਹਨਾਂ ਨੇ ਪਾਇਆ ਤੇ 5 ਸਾਲ ਲਈ ਬੈਨ ਕਰਤਾ। ਮਤਲਬ ਬੜੀ ਕਮਾਲ ਦੀ ਚੀਜ਼ ਹੈ ਕਿ ਜੈਨੂਇਨਨੈਸ ਦੀ ਉਹਨਾਂ ਦੀ ਅਗਰ ਕਸੌਟੀ 'ਤੇ ਤੁਸੀਂ ਖਰੇ ਨਹੀਂ ਉਤਰੇ, ਤੇ ਬਿਕੋਜ਼ ਆਫ ਕਿ ਵੀ ਇਹ ਲੈਕ ਆਫ ਇਹ ਅਗਰ ਜੇ ਵੀਜ਼ਾ ਦਾ ਇਸ਼ੂ ਹੋ ਜਾਂਦਾ ਤੇ ਫਿਰ ਇਹ ਐਰਰ ਆਫ ਜੱਜਮੈਂਟ ਹੋ ਸਕਦਾ ਸੀ ਇਨ ਦਾ ਐਡਮਿਨਿਸਟ੍ਰੇਸ਼ਨ ਆਫ ਏਰਪਾ, ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ, ਤੇ ਇਸ ਕਰਕੇ ਅਸੀਂ ਤੁਹਾਨੂੰ 5 ਈਅਰ ਬੈਨ ਕਰ ਦਿੰਦੇ। ਵੀਜ਼ਾ ਆਫੀਸਰ ਦੀ ਸੋਚ ਹੈ, ਵੀਜ਼ਾ ਆਫੀਸਰ ਦਾ ਫੈਸਲਾ ਹੈ। ਨੰਬਰ 3, ਐਪਲੀਕੈਂਟ ਨੇ ਕਿਹਾ ਕਿ ਆਫੀਸਰ ਡਿਸੀਜਨ ਇਜ਼ ਅਨਰੀਜ਼ਨੇਬਲ, ਤੇ ਆਫੀਸਰ ਦੇ ਜਿਹੜੀ ਫਾਈਂਡਿੰਗਸ ਆਫ ਫੈਕਟ ਫਾਈਂਡਿੰਗ ਆਫ ਫੈਕਟਸ ਇਨ ਦ ਪ੍ਰੀਵਰਸ ਔਰ ਕੈਪ੍ਰੀਸ਼ੀਅਸ ਮੈਨਰ, ਤੇ ਇਹ ਉਹਨਾਂ ਦਾ ਕਹਿਣਾ ਹੈ। ਪਰ ਦੇਖੀਏ ਅਗਲਾ ਕੀ ਫੈਕਟਸ, ਪਹਿਲਾਂ ਪੂਰਾ ਚੈੱਕ ਕਰਦੇ ਹਾਂ ਬੈਕਗ੍ਰਾਉਂਡ ਕੀ ਹੈ ਇਹਨਾਂ ਦਾ। ਨੰਬਰ 5 ਤੇ ਪੜ੍ਹ ਰਹੇ ਹਾਂ, ਭੁਪਿੰਦਰ ਸਿੰਘ ਮਾਨ 25-year-old ਨੈਸ਼ਨਲ ਹੈ, ਵਾਈਫ ਦਾ ਨਾਮ ਹੈ ਪਵਨਪ੍ਰੀਤ ਕੌਰ, 23-year-old ਨੈਸ਼ਨਲ ਆਫ ਇੰਡੀਆ, ਹੂ ਇਜ਼ ਇਨ ਕੰਟਰੀ ਔਨ ਅ ਸਟੱਡੀ ਪਰਮਿਟ, ਠੀਕ ਹੈ। ਨੰਬਰ 6, ਐਪਲੀਕੈਂਟ ਤੇ ਮਿਸ ਕੌਰ ਦੋਨੋਂ ਰੈਜੀਡੈਂਟਸ ਆਫ ਪੰਜਾਬ, ਫੈਮਿਲੀ ਕਨੈਕਸ਼ਨ ਮੈਰਿਜ ਹੋਈ, ਅਰੇਂਜ ਮੈਰਿਜ, ਦ ਫੈਮਿਲੀਜ਼ ਮੈਟ ਔਨ ਜਨਵਰੀ 31, 2018, ਵਿਚ ਵਾਸ ਅਰਾਊਂਡ ਦ ਸੇਮ ਟਾਈਮ ਵਾਈਫ ਨੇ ਸਬਮਿਟ ਕੀਤੀ ਐਪਲੀਕੇਸ਼ਨ ਫੋਰ ਸਟੱਡੀ ਪਰਮਿਟ। ਦੈਟ ਮੀਨਸ ਅਰਾਊਂਡ ਦ ਸੇਮ ਟਾਈਮ ਜਦੋਂ ਐਪਲੀਕੇਸ਼ਨ ਸਟੱਡੀ ਪਰਮਿਟ ਹੋ ਰਹੀ ਹੈ ਤੇ ਉਹਨਾਂ ਦੀ ਮੀਟਿੰਗ ਵੀ ਹੋ ਗਈ। ਮਿਸ ਕੌਰ ਹੈ ਡਰਾਫਟਿਡ ਐਪਲੀਕੇਸ਼ਨ ਔਨ ਜਨਵਰੀ 29, 2018। ਅੱਛਾ, ਮਤਲਬ ਕਿ 2 ਦਿਨ ਪਹਿਲਾਂ ਡਰਾਫਟ ਹੋਈ ਐਪਲੀਕੇਸ਼ਨ, ਤੇ ਫੈਮਿਲੀਜ਼ ਮਿਲੀ ਹੈ ਮੈਰਿਜ ਲਈ ਆਫਟਰ 2 ਡੇਜ਼, ਐਂਡ ਸਬਮਿਟਡ ਟੂ ਹਰ ਇਮੀਗ੍ਰੇਸ਼ਨ ਕੰਸਲਟੈਂਟ ਹੂ ਫਾਈਲ ਔਨ ਜਨਵਰੀ 31, 2018। ਅੱਛਾ, ਉਸੇ ਦਿਨ ਜਿਸ ਦਿਨ ਸਬਮਿਟ ਹੋਈ ਹੈ ਉਸੇ ਦਿਨ ਫੈਮਿਲੀਜ਼ ਦੀ ਵੀ ਅਰੇਂਜਮੈਂਟ ਹੋ ਗਈ, ਵਿਚ ਇਜ਼ ਕੁਆਈਟ ਯੂ ਨੋ ਬਿਜ਼ਾਰ। ਦ ਅਰੇਂਜ ਮੈਰਿਜ ਪ੍ਰੋਸੀਡਡ ਕੁਇਕਲੀ ਆਫਟਰ ਦ ਫੈਮਿਲੀਜ਼ ਮੈਟ, ਦ ਐਪਲੀਕੈਂਟ ਵਾਸ ਦ ਐਲਡਰਸ ਆਫ 2 ਸਨਸ ਐਂਡ ਫੈਮਿਲੀ ਵਾਸ ਕੀਨ ਓਨਲੀ ਮੈਰਿਜ, ਠੀਕ ਹੈ। ਸਮਾਲ ਇੰਗੇਜਮੈਂਟ ਸੈਰੇਮਨੀ ਹੋ ਗਈ ਫਰਵਰੀ 1, ਮੈਰਿਜ ਟੁੱਕ ਪਲੇਸ ਔਨ 4 ਫਰਵਰੀ ਨੂੰ, ਰਿਲੀਜੀਅਸ ਮੈਰਿਜ ਸੈਰੇਮਨੀ, ਲਾਰਜ ਗੈਦਰਿੰਗ ਹੋ ਗਈ, ਸਾਰਾ ਠੀਕ ਹੈ। ਆਫਟਰ ਦ ਵੈਡਿੰਗ ਦ ਕਪਲ ਵਿਜ਼ਿਟਡ ਵੇਰੀਅਸ ਰਿਲੇਟਿਵਸ, ਮਿਸ ਕੌਰ ਸਟੇਸ ਇਨ ਐਬਿਡਾਨ, ਸ਼ੀ ਵਾਸ ਫੈਮਿਲੀ ਫਾਰ 2 ਮੰਥਸ ਪ੍ਰਾਇਰ ਟੂ, 2 ਮਹੀਨੇ ਨਾਲ ਰਹੇ ਹੈ ਇਕੱਠੇ ਬਿਫੋਰ ਡਿਪਾਰਚਰ ਟੂ ਕੈਨੇਡਾ। ਮਿਸ ਕੌਰ ਰਿਸੀਵਡ ਅ ਵੀਜ਼ਾ ਔਨ ਮਾਰਚ 15, 2018, ਸ਼ੀ ਲੈਫਟ ਫੋਰ ਕੈਨੇਡਾ ਔਨ ਅਪ੍ਰੈਲ 13 ਨੂੰ, ਠੀਕ ਹੈ। ਮਿਸ ਕੌਰ ਅਲੈਜਿਸ ਅਪੋਨ ਲੈਂਡਿੰਗ ਸ਼ੀ ਇਨਫੋਰਮ ਦੈਟ ਸ਼ੀ ਇਨਫੋਰਮ ਦ ਇਮੀਗ੍ਰੇਸ਼ਨ ਆਫਿਸਰ ਐਟ ਦ ਏਅਰਪੋਰਟ ਅਬਾਊਟ ਚੇਂਜ ਆਫ ਮੈਰਿਟਲ ਸਟੇਟਸ। ਜੂਨ 2018, ਲਾਈਨ ਨੰਬਰ 8 ਪੜ੍ਹ ਰਹੇ ਹਾਂ, ਜੂਨ 2018 ਐਪਲੀਕੈਂਟ ਦੀ ਵਰਕ ਪਰਮਿਟ ਐਪਲੀਕੇਸ਼ਨ ਲੱਗ ਗਈ, ਦ ਐਪਲੀਕੈਂਟ ਵਾਸ ਇਨਵਾਈਟਿਡ ਫੋਰ ਇੰਟਰਵਿਊ ਜੂਨ ਤੋਂ ਲੈ ਕੇ, ਅੱਛਾ ਨਵੰਬਰ ਤੱਕ ਮਤਲਬ ਵੇਟਿੰਗ ਟਾਈਮ ਹੈ, ਦੈਟਸ ਯੂ ਨੋ ਲੋਟ ਆਫ ਵੇਟਿੰਗ ਟਾਈਮ ਫੋਰ ਦ ਇੰਟਰਵਿਊ। ਸੋ ਨਵੰਬਰ 2018 ਇੰਟਰਵਿਊ ਹੋਈ ਹੈ। ਜੀ ਸੀ ਐਮ ਐਸ ਨੋਟਸ ਵੀ ਲਿਖਿਆ ਹੋਇਆ ਹੈ ਸਾਰਾ ਕਿ ਲਾਈਨ ਨੰਬਰ 9, ਇੰਡੀਕੇਟ ਦੈਟ ਮਿਸ ਕੌਰ ਹੈਡ ਬੀਨ ਸਿੰਗਲ ਵੈਨ ਸ਼ੀ ਅਪਲਾਈਡ ਫੋਰ ਸਟੱਡੀ ਪਰਮਿਟ ਐਂਡ ਮੈਰਿਜ ਸ਼ੋਰਟਲੀ ਬਿਫੋਰ ਅ ਵੀਜ਼ਾ। ਪਹਿਲਾਂ ਜਦ ਅਪਲਾਈ ਕਰ ਰਹੇ ਸੀ ਸਟੱਡੀ ਪਰਮਿਟ ਦੈਟ ਵਿਜ਼ ਸਿੰਗਲ, ਤੇ ਜਦ ਵੀਜ਼ਾ ਇਸ਼ੂ ਹੋਇਆ ਇਮੀਡੀਏਟਲੀ ਉਸ ਤੋਂ ਪਹਿਲਾਂ ਹੀ ਉਹਨਾਂ ਦੀ ਮੈਰਿਜ ਹੋ ਗਈ। ਸੋ ਮਿਸ ਕੌਰ ਅਰਾਈਵਡ ਇਨ ਬਟ ਦੈਟਸ ਫਾਈਨ ਦਿਸ ਓਕੇ। ਕੁਐਸਚਨ ਲਾਈਨ ਨੰਬਰ 10, officer noted several concerns regarding the bona fides of the marriage and incompatibility of education, the hastily
ਇੱਕ ਇੱਕ ਕਰਕੇ ਇਹਨੂੰ ਆਪਾਂ ਥੋੜ੍ਹਾ ਜਿਹਾ ਤਬਸਰਾ ਕਰਦੇ ਹਾਂ। ਇੱਕ ਤਾਂ ਇਨਕੰਪੈਟੀਬਿਲਟੀ ਆਫ ਐਜੂਕੇਸ਼ਨ, ਦੋਨੋਂ ਹਸਬੈਂਡ ਵਾਈਫ 'ਚ ਅੱਜ ਕੱਲ੍ਹ ਐਜੂਕੇਸ਼ਨ ਦੀ ਕੁਛ ਮੈਚਿੰਗ ਨਹੀਂ ਹੋ ਰਹੀ ਸ਼ਾਇਦ। ਦੂਸਰਾ ਰੀਜ਼ਨ ਉਹਨਾਂ ਦੇਖਿਆ ਕਿ ਵੀ ਮੈਰਿਜ ਬਹੁਤ ਜਲਦਬਾਜ਼ੀ 'ਚ ਹੋਈ ਹੈ, ਜਿਹਨੂੰ ਕਹਿੰਦੇ ਹੇਸਟੀ ਮੈਰਿਜ। ਤੀਸਰਾ, ਇਨਐਬਿਲਿਟੀ ਆਫ ਦ ਐਪਲੀਕੈਂਟ ਟੂ ਐਕਸਪਲੇਨ ਹਾਊ ਦ ਵੈਡਿੰਗ ਕੁਡ ਹੈਵ ਬੀਨ ਅਰੇਂਜ ਇਨ 3 ਡੇਸ, ਕਿੰਨੀ ਚੱਲੀ ਹੈ, ਕਿਸ ਤਰ੍ਹਾਂ ਮੈਰਿਜ ਅਰੇਂਜ ਹੋ ਗਈ, 3-4 ਉਹ ਐਪਲੀਕੈਂਟ ਨਹੀਂ ਸਮਝਾ ਸਕੇ। ਐਪਲੀਕੈਂਟ ਲੈਕ ਆਫ ਨੌਲੇਜ ਆਨ ਦ ਫੈਕਟ ਦੈਟ ਮਿਸ ਕੌਰ ਹੈਡ ਬੀਨ ਪਲਾਨਿੰਗ ਟੂ ਗੋ ਟੂ ਕੈਨੇਡਾ, ਇਹ ਵੀ ਉਹਨਾਂ ਨੂੰ ਤਸੱਲੀ ਨਹੀਂ ਦਿਵਾ ਸਕੀ ਕਿ ਵੀ ਇਹ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਵੀ ਵਾਈਫ ਮੇਰੀ ਪਲਾਨਿੰਗ ਕਰ ਰਹੀ ਸੀ ਕੈਨੇਡਾ, ਵਿਚ ਇਜ਼ ਆਲਸੋ ਕੁਆਇਟ ਲਿਟਲ ਅਨਕਾਮਨ। ਦ ਫੈਕਟ ਦੈਟ ਦ ਫੋਟੋਗ੍ਰਾਫਸ ਡਿਡ ਨੋਟ ਸ਼ੋ ਦ ਸਟੇਟਡ ਅਟੈਂਡੈਂਸ ਆਫ 250-300 ਗੈਸਟ ਆਏ, ਉਹ ਵੀ ਨਹੀਂ ਫੋਟੋ ਸ਼ੋ ਕਰ ਸਕੇ। ਐਪਲੀਕੈਂਟਸ ਲੈਕ ਆਫ ਹੋਲੀਡੇ, ਹੋਲੀਡੇ ਵੀ ਨਹੀਂ ਕੀਤਾ ਆਪਣੀ ਵਾਈਫ ਨਾਲ, ਅਤੇ ਐਪਲੀਕੈਂਟ ਇਨਏਬਿਲਿਟੀ ਟੂ ਪ੍ਰੋਵਾਈਡ ਐਨ ਐਕਸਪਲੇਨੇਸ਼ਨ ਵੈਨ ਕੁਐਸ਼ਨ, ਦ ਐਪਲੀਕੈਂਟਸ ਲੈਕ ਆਫ ਨੌਲੇਜ ਆਫ ਮਿਸਿਸ ਕੌਰ। ਹਸਬੈਂਡ ਨੂੰ ਵਾਈਫ ਦੇ ਬਾਰੇ ਕਿਉਂ ਨਹੀਂ ਨੌਲੇਜ ਸੀ, ਇਹ ਹਸਬੈਂਡ ਨੂੰ ਪੁੱਛਿਆ ਗਿਆ, ਅਤੇ ਉਹ ਹਸਬੈਂਡ ਇਸ ਬਾਰੇ ਦਾ ਜਵਾਬ ਨਹੀਂ ਦੇ ਸਕੇ ਕਿ ਸਾਨੂੰ ਨੌਲੇਜ ਕਿਉਂ ਨਹੀਂ ਹੈ ਵਾਈਫ ਦੇ ਬਾਰੇ, ਵਿਚ ਇਜ਼ ਆਲਸੋ ਰੈਡ ਫਲੈਗ। ਅਤੇ ਆਖਰ ਹੈ ਲਿਮਿਟਡ ਐਵੀਡੈਂਸ ਆਫ ਕੰਟੈਕਟ ਬਿਟਵੀਨ ਐਪਲੀਕੈਂਟ, ਕਾਫੀ ਸਾਰੇ ਕੰਸਰਨ ਇਕੱਠੇ ਕਰਤੇ ਇਹਨਾਂ ਨੇ, ਸਾਰੇ ਕੰਸਰਨ ਨੂੰ ਦੇਖ ਕਰ 11 ਨੰਬਰ ਲਾਈਨ ਪੜ੍ਹ ਰਹੇ ਹਾਂ। 5 ਫਰਵਰੀ ਨੂੰ ਆਫਿਸਰ ਨੇ ਕਿਹਾ ਕਿ ਵੀ ਵਰਕ ਪਰਮਿਟ ਐਪਲੀਕੇਸ਼ਨ ਰਿਫਿਊਜ਼ ਹੋ ਗਈ ਹੈ ਬੇਸਡ ਔਨ ਦਿਸ 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 ਦਿਸ, ਦ ਐਪਲੀਕੈਂਟ ਪ੍ਰੋਵਾਈਡਡ ਇਨਸਫੀਸ਼ੀਐਂਟ ਇਨਫੋਰਮੇਸ਼ਨ। ਮੈਂ ਹਾਈਲਾਈਟ ਕਰ ਦਿਆ ਥੋੜ੍ਹਾ, ਇਨਸਫੀਸ਼ੀਐਂਟ ਇਨਫੋਰਮੇਸ਼ਨ ਔਰ ਐਕਸਪਲੇਨੇਸ਼ਨ ਰਿਗਾਰਡਿੰਗ ਦ ਪ੍ਰੋਗਰੈਸ਼ਨ ਆਫ ਰਿਲੇਸ਼ਨ ਮਿਸ ਕੌਰ, ਦ ਵੈਡਿੰਗ ਟਾਈਮ ਸਪੈਂਡ ਟੁਗੈਦਰ, ਮੈਰਿਜ, ਕਰੰਟ ਲਿਵਿੰਗ ਅਰੇਂਜਮੈਂਟਸ ਵਗੈਰਾ ਵਗੈਰਾ ਕਰਕੇ ਸਾਰਾ ਦੇਖ ਕਰ ਨੰਬਰ 11 ਲਿਖਿਆ, ਸਾਰਾ ਨੰਬਰ 12 ਔਨ ਦ ਬੈਲੈਂਸ ਆਫ ਪ੍ਰੋਬੇਬਿਲਿਟੀਜ਼ the officer found the applicant failed to provide sufficient evidence and explanation as marriage relationship is genuine. Consequently, consequently the officer also found the applicant inadmissible for 5 years under section 41A of AERPA. So this is AHG new judicial review. ਜਿਹਨੂੰ ਮੈਂ ਕਈ ਵਾਰ ਕਹਿ ਚੁੱਕਿਆ ਲੋਕਾਂ ਨੂੰ ਕਿ ਵੀ ਜੇ ਤੁਹਾਡਾ ਅਗਰ ਰਿਫਿਊਜ਼ ਹੁੰਦਾ ਹੈ, ਤੁਹਾਡੇ ਕੋਲ ਹੋਰ ਕੋਈ ਚੋਇਸ ਨਹੀਂ ਹੈ, ਤਾਂ ਦੁਬਾਰਾ ਅਪਲਾਈ ਕਰੋ, ਨਹੀਂ ਤਾਂ ਫਿਰ ਆਪਣਾ ਫੈਡਰਲ ਕੋਰਟ ਜਾ ਕੇ ਲੋਇਰ ਹਾਇਰ ਕਰਕੇ ਤੁਸੀਂ ਉਹਨਾਂ ਨੂੰ ਜੁਡੀਸ਼ੀਅਲ ਰਿਵਿਊ ਕਰੋ, ਫਿਰ ਜੱਜ ਨੇ ਡਿਸਾਈਡ ਕਰਨਾ ਹੈ ਕਿ ਵੀ ਪ੍ਰੋਸੀਜਰ ਫੋਲੋ ਹੋਇਆ ਕਿ ਨਹੀਂ ਹੋਇਆ। ਸੋ ਹੁਣ ਦੇਖਦੇ ਹਾਂ ਕਿ ਵੀ ਇੱਥੇ ਇਸ ਕੇਸ ਵਿੱਚ ਕੀ ਹੋਇਆ, ਜੱਜ ਨੇ ਕਿ ਜੋ ਜੱਜਮੈਂਟ ਵਿੱਚ ਵਟ ਇਜ਼ ਦ ਪ੍ਰੀਲਿਮਿਨਰੀ ਇਸ਼ੂ ਨੰਬਰ 3 ਇੱਥੇ ਹਾਈਲਾਈਟ ਦਿਸ। As the respondent notes, the applicant has attempted to place before the court considerable evidence that was not before the officer. So, ek cheez hor hamesha yaad rakhna, visa officer de samne jo tusi evidence rakhya hoya hai, oh sara evidence judge nahi dekh sakda. I'm sorry, the other way around. Judge will only see the documents which were presented to the visa officer, but not extra. Je agar us to alawa tusi hor koi document dikha rahe ho, like chat history, photographs, communication, knowledge and other things, ਉਹ ਜੱਜ ਨੇ ਮਨਾ ਕਰ ਦੇਣਾ, ਕਿਉਂਕਿ ਜੱਜ ਵਿਲ ਓਨਲੀ ਸੀ ਦੋਸ ਐਵੀਡੈਂਸ ਵਿਚ ਵਰ ਪ੍ਰੈਜੈਂਟਡ ਟੂ ਦ ਵੀਜ਼ਾ ਆਫਿਸਰ ਇਟਸੈਲਫ। ਦੇਖਦੇ ਹਾਂ ਇਹਨਾਂ ਨੇ ਥੱਲੇ ਕੁਛ ਕਿਹਾ ਵੀ ਹੋਣਾ ਇੱਥੇ। ਆਮ ਜਸਟ ਰੀਡਿੰਗ ਔਨ ਦ ਪੇਜ, ਐਸ ਸਟੇਟਡ ਬਾਈ ਦ ਫੈਡਰਲ ਕੋਰਟ ਆਫ ਅਪੀਲ ਇਨ ਲਵ ਵਰਸਸ ਕੈਨੇਡਾ, ਇਟ ਇਜ਼ ਸਟ੍ਰਾਈਟ ਲਾਅ ਦੈਟ ਇਨ ਜਨਰਲ ਦ ਜੇ ਆਰ ਐਪਲੀਕੇਸ਼ਨ ਇਜ਼ ਟੂ ਬੀ ਡਿਟਰਮਿਨ ਬੇਸਡ ਔਨ ਦ ਰੈਕੋਰਡ ਦੈਟ ਵਾਸ ਬਿਫੋਰ ਦ ਐਡਮਿਨਿਸਟ੍ਰੇਟਿਵ ਡਿਸੀਜਨ ਮੇਕਰ। ਦੈਟ ਮੀਨਸ ਕਿ ਜੋ ਉਸ ਵਕਤ ਡਿਸੀਜਨ ਉਹਨਾਂ ਕੋਲ ਸੀ, ਸੋ and they are giving some exceptions, there are 3 exceptions, but I don't want to read those right now, they are not relevant for you, but in this case jo bhi extra evidence inhone judge ne show kiya hai, judge ne kaha ki we are going to ignore, we cannot take this information right now. And question number 15 is, the evidence sought to be placed before court falls under none of recognized exceptions, the pages 5661 application record and supplementary affidavit are excluded from the consideration. Aap mai tanu keh raha si na ki judge ne oh sare document nahi dekhne, first karo ਵੀਜ਼ਾ ਅਫਸਰ ਨੇ ਕਿਹਾ ਕਿ ਤੁਹਾਡੀ ਚੈਟਿੰਗ ਹਿਸਟਰੀ ਨਹੀਂ ਹੈ, ਕਮਿਊਨੀਕੇਸ਼ਨ ਨਹੀਂ ਹੈ। ਹੁਣ ਜੱਜ ਦੇ ਸਾਹਮਣੇ ਤੁਸੀਂ ਆਫਟਰ 6 ਮੰਥ ਤੁਸੀਂ 100 ਪੇਜ ਚੈਟਿੰਗ ਹਿਸਟਰੀ ਲਿਆ, ਜੱਜ ਨੇ ਕਹਿਣਾ ਕਿ ਨਹੀਂ, ਦਿਸ ਵਾਜ ਨਾਟ ਪ੍ਰੈਜੈਂਟਡ ਟੂ ਦ ਵੀਜ਼ਾ ਅਫਸਰ, ਦੈਟਸ ਵਾਈ ਆਈ ਵਿਲ ਆਲਸੋ ਨਾਟ ਰਿਵਿਊ ਦਿਸ ਫੋਰ ਮਾਈ ਡਿਸੀਜਨ ਆਲ ਰਾਈਟ। ਸੋ ਕਿਹੜੇ ਕਿਹੜੇ ਦੋ ਮੇਨ ਇਸ਼ੂਜ਼ ਕੀ ਹੈ ਜਿਹੜੇ ਰੇਸ ਕੀਤੇ ਹੋਏ ਹੈ ਐਪਲੀਕੈਂਟ ਨੇ, ਅਤੇ ਜੱਜ ਨੇ ਡਿਸਾਈਡ ਕਰਨਾ। ਨੰਬਰ 1, ਕਿਆ ਆਫਿਸਰ ਨੇ ਗਲਤੀ ਕੀਤੀ ਹੈ ਕਿ ਇਹਨੂੰ ਮਿਸ ਰਿਪ੍ਰੈਜੈਂਟੇਸ਼ਨ ਲਈ ਕਰਾਰ ਕਰਨਾ, ਨੰਬਰ 1 ਲਿਖਿਆ 16, ਐਂਡ 16 ਨੰਬਰ 2 ਇਜ਼ ਕਿ ਜੋ ਰਿਫਿਊਜ਼ਲ ਹੋਈ ਹੈ ਵਰਕ ਪਰਮਿਟ ਐਪਲੀਕੇਸ਼ਨ, ਇਜ਼ ਦੈਟ ਰੀਜ਼ਨੇਬਲ ਔਰ ਅਨਰੀਜ਼ਨੇਬਲ। ਬਸ ਦੋ ਇਸ਼ੂ ਡਿਸਾਈਡ ਕਰਨੇ ਹੈ ਜੱਜ ਨੇ ਕੋਈ ਵੀਜ਼ਾ ਇਸ਼ੂ ਨਹੀਂ ਕਰਨਾ, ਜੱਜ ਨੇ ਬਸ ਇਹੀ ਦੋ ਇਸ਼ੂ 'ਤੇ ਆਪਣਾ ਬਿਆਨ ਦੇਣਾ ਹੈ। ਨੰਬਰ 1 ਐਂਡ ਨੰਬਰ 2, ਕਿਆ ਆਫਿਸਰ ਦੀ ਗਲਤੀ ਹੈ, ਨੰਬਰ 2, ਕਿਆ ਜੋ ਵਰਕ ਪਰਮਿਟ ਐਪਲੀਕੇਸ਼ਨ ਹੈ ਉਹ ਇੱਕ ਰੀਜ਼ਨੇਬਲ ਸਟੈਂਡਰਡ ਨੂੰ ਮੀਟ ਕਰ ਰਿਹਾ ਨਹੀਂ ਕਰ ਰਿਹਾ, ਬਸ ਇਹੀ ਇਹੀ ਜੱਜ ਨੇ ਦੇਖਣਾ ਹੈ। ਬਾਕੀ ਲਾਈਨ ਨੰਬਰ 17 ਤੋਂ ਪੁਰਾਣੇ ਕੇਸਿਸ ਦਾ, ਕੇਸ ਪ੍ਰੈਸੀਡੈਂਸ ਦਾ ਹਵਾਲਾ ਦੇ ਕਰ ਉਹ ਜੱਜ ਦੱਸ ਰਹੇ ਕਿ ਵੀ
कि रीजनेबलनेस की हुंदा है, रीजनेबलनेस प्रिज्यूम कर दें कि भाई ये चीज रीजनेबल है कि नहीं है, वो क्यों हुंदा है। बट आई डोंट वांट टू वेस्ट टू मच टाइम रीडिंग दिस बिकॉज़ तुसी उस चीज नो अपने आप ही रीड कर सकते हो, पर मैं जिस गल ते आ रहा है ना वो ते तुहानू मैं शो करना। इट्स ऑन अ डिफरेंट पेज, होल्ड ऑन। इथे इस लाइन तो मैं शुरू करता हूं अपना जो एनालिसिस दस्या है, लाइन नंबर 22 कि एप्लीकेंट व्हिच इज द हस्बैंड सॉट टू अप्लाई फॉर ओपन वर्क परमिट ब्ला ब्ला ब्ला। However, however, as the officer determined that the applicant was not in a genuine marriage with Ms. Scott, he was found to be inadmissible under Section 40. The officer found that the applicant's misrepresentation could have induced an error to issue the applicant with a work permit as the accompanying spouse holds the study permit. So, a cheez hai, it's here actually, and just take a look, 23. The applicant submits a husband कह रहा है कि भी officer the decision unreasonable है, तो जज साहब तुसी दसो कि भी reasonable है कि unreasonable है, गल इतनी खड़ी है बस। As a applicant I am saying के visa officer this decision is unreasonable, तो जज साहब what do you say, is it reasonable or unreasonable, अपन थले देखेंगे फिर जज ने की किया। The applicant इस दलील इस जड़ी दलील दे रहे हैं जड़े husband मैं highlight किया हुआ है। The applicant submits that he answered every question, मैं हर एक क्वेश्चन का जवाब मैं देता है, तो मैं कोई रॉन्ग इन्फॉर्मेशन भी नहीं देती। तो ही एलिजेस देयर वर सम मोमेंट्स ऑफ नर्वसनेस व्हिच इज व्हाई डिड नॉट आंसर। द एप्लीकेंट सबमिट्स दैट द ऑफिसर एर्ड इन फाइंडिंग द एप्लीकेंट मिस कॉल वर इनकंपैटिबल इन टर्म्स एंड एजुकेशन, सो द एप्लीकेंट हैड ऑब्टेन्ड अ डिप्लोमा टू बिकम मोर मोर एम्प्लॉयबल। द एप्लीकेंट सबमिट्स दैट इट वाज अनरीजनेबल फॉर द ऑफिसर टू हैव फाउंड इट प्रॉब्लमैटिक दैट द फोटोग्राफ्स डिड नॉट शो ऑल द गेस्ट। Moreover, the applicant points out that he and his wife did not have the luxury of a holiday after incurring large expenses. Large expenses, apna karna hi nahi si, apna holiday lenda matlab hi nahi hai. Unhone ye submit kiya. As for the officer's finding of an incorrect course completion date, applicant submit that he understood the phrase completion of course to mean the end of final examination and not the end of the official year. However, this explanation was not provided to the officer during interview. Us waqt ye nahi da sake. So, ye sara applicant एप्लीकेंट ने अपना दस्या इन द लाइन नंबर 23। हुन देखते हैं कि 24 रिस्पोंडेंट मतलब सरकारी वकील की कह रहा है उसके बारे हुन देखते हैं। सो ए थे 21 को जो हाईलाइट दिस 24 सरकारी वकील की कह रहा है। द रिस्पोंडेंट सबमिट्स दैट द सबसेक्शन 41A ऑफ एयर पावर्स ब्रिटेन ब्रॉडली एंड मे अप्लाई इन सिचुएशन इवन वेयर देयर इज इनोसेंट फेलियर टू प्रोवाइड मटेरियल इंफॉर्मेशन। चलो ठीक है, ਤੇ ਕਾਫੀ ਉਹਨਾਂ ਦੇ ਕੇਸ ਬਾਰੋ ਵਰਸਸ ਕੈਨੇਡਾ ਇੱਕ ਇਫ ਇਫ ਯੂ ਵਾਂਟ ਇਫ ਯੂ ਹੈਵ ਟਾਈਮ ਯੂ ਕੈਨ ਗੋ ਐਂਡ ਰੀਡ ਦਿਸ ਕੇਸ। ਦ ਪ੍ਰੈਜ਼ੈਂਸ ਆਫ ਮੈਂਸਟਰੀਆ ਪ੍ਰੀ ਮੈਡੀਟੇਸ਼ਨ ਇੰਟੈਂਟ ਇਜ਼ ਨਾਟ ਰਿਕੁਆਇਰਡ, ਮਤਲਬ ਸੋਚੀ ਸਮਝੀ ਇੱਕ ਚੀਜ਼ ਨਹੀਂ, ਆਪਾਂ ਇਸ ਚੀਜ਼ ਨੂੰ ਕਹਿ ਸਕਦੇ ਕਿ ਆਹੀ ਮਿਸ ਰਿਪ੍ਰੈਜੈਂਟੇਸ਼ਨ ਕਰਦਾ। ਇਨੋਸੈਂਟ ਜਿਹੜੇ ਫੇਲੀਅਰਸ ਹੁੰਦੇ ਉਹ ਵੀ ਮਿਸ ਰਿਪ੍ਰੈਜੈਂਟੇਸ਼ਨ ਕਰ ਸਕਦੇ ਹਨ। ਰਿਸਪੋਂਡੈਂਟ ਸਮਿਟ ਦ ਐਪਲੀਕੈਂਟ ਪ੍ਰੋਵਾਈਡਸ ਵੇਰੀਅਸ ਐਕਸਪਲੇਨੇਸ਼ਨ ਦੈਟ ਵਰ ਨਾਟ ਬਿਫੋਰ ਦ ਆਫੀਸਰ ਇਨ ਸਪੋਰਟ ਆਫ ਦ ਕੰਟੈਂਸ਼ਨ। ਦੇ ਆਫਿਸਰ ਠੀਕ ਹੈ, ਤੋ ਅੱਜ ਜੋ ਤੁਸੀਂ ਕਹਿ ਰਹੇ ਹੋ ਉਸ ਵਕਤ ਤੁਸੀਂ ਵੀਜ਼ਾ ਆਫਿਸਰ ਸਾਹਮਣੇ ਨਹੀਂ ਕਿਹਾ, ਇਹ ਉਹਨਾਂ ਦੇ ਸਰਕਾਰੀ ਵਕੀਲ ਹੈ। ਸੋ ਹੁਣ ਦੇਖ ਲਓ ਇੱਥੇ ਕੀ ਹੈ ਕਿ ਆਹ ਚੀਜ਼ ਸ਼ੁਰੂ ਹੋ ਰਹੀ ਹੈ। ਦੈਨ ਲਾਈਨ ਨੰਬਰ 25, ਹੁਣ ਜੱਜ ਸਾਹਿਬ ਕੀ ਕਹਿ ਰਹੇ ਹੈ, ਆਈ ਐਗਰੀ ਵਿਦ ਦ ਰਿਸਪੋਂਡੈਂਟ, ਮਤਲਬ ਕਿ ਮੈਂ ਸਰਕਾਰੀ ਵਕੀਲ ਨਾਲ ਮੈਂ ਸਹਿਮਤ ਹਾਂ ਕਿ ਜੋ ਜੋ ਹਸਬੈਂਡ ਦੇ ਜੋ ਐਪਲੀਕੈਂਟ ਦੇ ਜਿਹੜੇ ਜਿਹੜੇ ਅਸਰਸ਼ਨਸ ਹੈ ਉਹ ਵਾਕਈ ਸਹੀ ਨਹੀਂ ਹੈ। ਸੋ ਸਰਕਾਰੀ ਵਕੀਲ ਨੂੰ ਇਹ ਮਤਲਬ ਰੈਟੀਫਾਈ ਕਰ ਰਹੇ ਹਾਂ ਕਿ ਹਾਂ ਮਿਸ ਰਿਪ੍ਰੈਜੈਂਟੇਸ਼ਨ ਹੋਇਆ ਹੈ। ਕਿਉਂ ਹੋਇਆ ਦੇਖਦੇ ਹਾਂ, ਆਮ ਗੋਇੰ ਟੂ ਹਾਈਲਾਈਟ ਦਿਸ, ਇੱਥੋਂ ਸ਼ੁਰੂ ਕਰਦੇ ਹਾਂ। ਦ ਜੀ ਸੀ ਐਮ ਐਸ ਇੰਟਰਵਿਊ ਨੋਟਸ ਇੰਡੀਕੇਟ ਦੈਟ ਦ ਐਪਲੀਕੈਂਟ ਕੁਡ ਨਾਟ ਪ੍ਰੋਵਾਈਡ ਆਨਸਰਸ ਔਰ ਐਕਸਪਲੇਨੇਸ਼ਨਸ ਔਨ ਵੇਰੀਅਸ ਆਫ ਦ ਸੀਮਿੰਗਲੀ ਸਟ੍ਰੇਟ ਫਾਰਵਰਡ ਕੁਐਸਚਨਸ ਸੱਚ ਐਜ਼ ਹਾਊ ਇਟ ਵਾਸ ਪੋਸੀਬਲ ਟੂ ਅਰੇਂਜ ਮੈਰਿਜ ਇਨ 3-4 ਡੇਜ਼। ਦੂਸਰਾ, ਵਾਈ ਦ ਐਪਲੀਕੈਂਟ ਮਿਸ ਡਿਡ ਨਾਟ ਗੋ ਔਨ ਹਾਲੀਡੇ, ਇਹ ਜਵਾਬ ਨਹੀਂ ਦੇ ਸਕੇ, ਹਸਬੈਂਡ ਜਵਾਬ ਨਹੀਂ ਦੇ ਸਕੇ। ਆਲਦੋ ਆਈ ਵੁੱਡ ਹੈਵ ਬੀਨ ਪ੍ਰੀਪੇਅਰਡ ਟੂ ਐਕਸੈਪਟ ਸਮ ਕਨਸਰਨ ਨੋਟ ਵੁੱਡ ਐਕਸਪਲੇਨ ਦ ਫੈਕਟ ਦ ਅਰੇਂਜ ਮੈਰਿਜ ਦ ਓਨਰਸ ਵਾਸ ਨੈਵਰਥਲੈਸ ਔਨ ਦ ਐਪਲੀਕੈਂਟ ਟੂ ਪ੍ਰੋਵਾਈਡ ਸਫੀਸ਼ੀਐਂਟ ਇਨਫੋਰਮੇਸ਼ਨ। ਸੋ ਅਗਰ ਵੀਜ਼ਾ ਆਫੀਸਰ ਤੁਹਾਨੂੰ ਸਵਾਲ ਪੁੱਛਦਾ ਹੈ, ਤੁਸੀਂ ਉਹਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ ਮਿਸ ਰਿਪ੍ਰੈਜੈਂਟੇਸ਼ਨ ਲਈ, ਜੱਜ ਸਾਹਿਬ ਵੀ ਮੰਨ ਰਹੇ ਹੈ ਕਿ ਹਾਂ ਮਿਸ ਰਿਪ੍ਰੈਜੈਂਟੇਸ਼ਨ ਲਾਈਕਲੀ ਹੈ ਫੋਰ ਸਮ ਰੀਜ਼ਨ, ਉਹਨਾਂ ਦੀ ਸੋਚ ਹੈ ਜੋ ਜੋ ਇਸ ਜੱਜਮੈਂਟ ਵਿੱਚ ਹੈ। However, a view of the, review of the record reveals that the applicant simply failed to provide sufficient explanation or evidence to elevate officer's concern. Certainly, the applicant could have been better explained some of the questions as he is attempting to do through the affidavit on this applicant, but the record shows that he did not. Jo aaj tusi record dekhkar ek affidavit bana ke tusi record bana rahe ho ke bhi haan mere ko is cheez da jawab hai, is cheez de rahe hain, tusi visa officer ne jab interview ਕਰ ਰਹੇ ਸੀ ਤਾਂ ਉਹਨਾਂ ਦੇ ਸਾਹਮਣੇ ਤੁਸੀਂ ਜਵਾਬ ਨਹੀਂ ਦਿੱਤੇ।
So the record shows that you did not. Based on applicants' lack of explanation or knowledge on our specimens, I'm just going to highlight this one. Joe, applicant, the lack of explanation or knowledge of on aspects, including his spouse's intention to abroad, details on why the marriage was prepared hastily, or how it was prepared so quickly, or why they did not go holiday, the officer reasonably concluded. Officer का जो decision है जैसा आप कह रहे हैं कि reasonable है, ये बहुत reasonable है कि officer ने मान लिया कि तुम्हारी marriage genuine है क्योंकि तुम जवाब दे नहीं सके, तो ये तुम ये नहीं कह सकते हुन तुसी मैनू चैलेंज कर ए मतलब चैलेंज करना है वीजा ऑफिसर नू कि भाई नहीं वो अनरीजनेबल है जी, मैं कह रहा हूं कि भाई वो रीजनेबल है, बस ऐसी गल उन्होंने जज ने निबेट दी काम. क्वेश्चन आगे लाइन नंबर 26 आ गए. गिवन दैट द ऑफिसर डिड नॉट एरर इन फाइंडिंग द एप्लीकेंट टू बी इनएडमिसिबल ऑफिसर, इट वाज रीजनेबल फॉर द ऑफिसर टू रिफ्यूज द वर्क परमिट एप्लीकेशन, क्योंकि जब उन्होंने इनएडमिसिबिलिटी लई कोई गलती नहीं की थी, तो फिर द रीजनेबल ऑटोमेटिकली हो गया, फिर द एप्लीकेशन रिफ्यूज करनी है. So since you will be no longer a family member, but judge ne ethi kam khatam karta. These are the main lines here. Line number 25. If you want, you can stop the video and read the line number 25 and line number 26. Judge saab bhi bas ode naal hi ho gaye. Sarkari vakil de haan bhi aur reasonable hai. Visa officer ne jo bhi kita hai, a reason to un leke kita hua hai. Certified question, certified मतलब कोई importance question हो, certify करना कोई case precedent बनाने लिए, तो उन्होंने कहा कि there's no question for certified and I agree, that's fine. Conclusion, line number 28, की है conclusion, the officer, जो मैं पहले ही पढ़ चुके हैं, the officer reasonably found the applicant to be inadmissible for misdemeanor under section 48, officer's work permit application refusal was also reasonable, the application of for judicial review is dismissed, बस ਸਰ ਜੀ ਗੱਲ ਤਾਂ ਇੱਥੇ ਖੜੀ ਹੈ ਬਸ ਕਿ ਹੁਣ ਆਪਾਂ ਵਕੀਲ ਵੀ ਕਰ ਲਿਆ ਸਾਰੀ ਟੱਕਰਾਂ ਵੀ ਮਾਰ ਲਈ ਜੱਜ ਨੇ ਵੀ ਦੁਹਾਈ ਪਾ ਲਈ ਕਿ ਵੀ ਹਾਂ ਦੱਸੋ ਕੀ ਹੈ ਰੀਜ਼ਨਬਲ ਨਹੀਂ ਹੈ ਜੱਜ ਨੇ ਵੀ ਕਿਹਾ ਨਹੀਂ ਜੀ ਇਹ ਸਭ ਕੁਝ ਰੀਜ਼ਨਬਲ ਹੈ ਵੀਜ਼ਾ ਆਫੀਸਰ ਨੇ ਸਹੀ ਤੁਹਾਨੂੰ ਇਨਐਡਮਿਸਿਬਲ ਕੀਤਾ ਕਿਉਂਕਿ ਤੁਸੀਂ ਜਵਾਬ ਦੇ ਹੀ ਨਹੀਂ ਸਕੇ ਜੋ ਸਵਾਲ ਪੁੱਛ ਰਹੇ ਸੀ ਕੰਸਰਨ ਸੀ ਤੁਸੀਂ ਜਵਾਬ ਦੇ ਹੀ ਨਹੀਂ ਸਕੇ ਸੋ ਦੈਟ ਇਜ਼ ਦ ਕਨਕਲੂਜਨ ਲਾਈਨ ਨੰਬਰ 28 ਦਾ ਖਤਮ ਹੋ ਗਿਆ ਇੱਥੇ ਖੇਲ ਖਤਮ ਹੋ ਗਿਆ. Of course, last line is application for judicial review is dismissed. Oh, man. Okay, that's goodbye. And just the naam likhe hai thale, that's it. The case is closed. Federal court, South Street of Record, docket number likhe hai, style of cause likhe hai. Applicant, the naam was the Minister of Canada. Place of hearing was in Toronto. This was very recent, January 9, 2020. Judgment and reasons, date likhe hai, a posted registry which posted hoya shayad. On the federal court registry and wakeela da naam likhya hai jo sarkari wakeel hai unna da naam likhya hai and that is it, khel khatam ho gaya hai. So what did we learn today, is to pa ki sikhya mili sanu, sikhya ki hai de bare ke bhai ke tusi interview layi ja rahe ho te apne jo concerns je puch rahe hain visa officer tanu puch rahe hain oda tanu jawab pata hona chahida hai, je agar tanu oh sawalan da jawab nahi pata tusi mann ke chalo ke ਵੀਜ਼ਾ ਆਫੀਸਰ ਤੁਹਾਨੂੰ ਰਿਫਿਊਜ਼ ਕਰੇਗਾ ਅਤੇ ਨਾਲ ਹੀ ਅਗਰ ਮਿਸ ਰੈਪ੍ਰੈਜੈਂਟੇਸ਼ਨ ਲਈ ਤੁਹਾਨੂੰ ਉਹਨਾਂ ਨੇ ਬੈਨ ਕਰਤਾ ਅਤੇ ਫੈਡਰਲ ਕੋਰਟ ਨੇ ਵੀ ਵੀਜ਼ਾ ਆਫੀਸਰ ਦੇ ਡਿਸੀਜਨ ਦਾ ਸਾਥ ਦਿੱਤਾ ਹੈ, ਉਹਨਾਂ ਨੇ ਇਸ ਚੀਜ਼ ਨੂੰ ਉਲਟ ਨਹੀਂ ਕੀਤਾ. ਸੋ ਦਿਸ ਇਜ਼ ਦ ਰਿਐਲਿਟੀ ਆਫ ਸਪਾਊਸ ਵੀਜ਼ਾ ਟੂਡੇ. ਸੋ ਆਈ ਹੋਪ ਯੂ ਲਰਨ ਸਮਥਿੰਗ ਟੂਡੇ ਅਤੇ ਆਪਣਾ ਕੇਸ ਤੁਸੀਂ ਇਸ ਕੇਸ ਨੂੰ ਪੜ੍ਹ ਕੇ ਆਪਣਾ ਅਗਰ ਜੇ ਫਰੈਸ਼ ਕੇਸ ਲਾ ਰਹੇ ਹੋ ਥੋੜ੍ਹਾ ਸੰਭਲ ਕੇ ਕੇਸ ਲਾਓ, ਤੁਹਾਨੂੰ ਆਪਣੇ ਸਪਾਊਸ ਦੇ ਬਾਰੇ ਕੰਪਲੀਟ ਨੌਲੇਜ ਹੋਣਾ ਜ਼ਰੂਰੀ ਹੈ. ਥੈਂਕ ਯੂ ਵੈਰੀ ਮੱਚ ਅਤੇ ਜ਼ਰੂਰ ਆਪਣੇ ਕਮੈਂਟਸ ਦਿਓ, ਲੋਕਾਂ ਨੂੰ ਵੀ ਸ਼ੇਅਰ ਕਰੋ, ਸਪੈਸ਼ਲੀ ਜਿਹੜੇ ਫਰੈਸ਼ ਸਪਾਊਸ ਵੀਜ਼ਾ ਲਾ ਰਹੇ. ਸੋ ਐਂਡ ਆਈ ਆਲਵੇਜ਼ ਰੀਡ ਕਮੈਂਟਸ ਆਫ ਪੀਪਲ. ਜੇ ਅਗਰ ਤੁਹਾਡੇ ਵੀ ਕੋਈ ਅਗਰ ਕੇਸ ਹੈ ਇਸ ਤਰ੍ਹਾਂ ਦੈਟ ਰਿਕੁਆਇਰਸ ਲੀਗਲ ਐਨਾਲਿਸਿਸ ਔਰ ਲੀਗਲ ਰਿਵਿਊ, ਤਾਂ ਡੈਫੀਨੇਟਲੀ ਆਈ ਹੈਵ ਇੰਟਰਸਟ ਐਂਡ ਰੀਡਿੰਗ ਦੈਮ ਐਂਡ ਆਈ ਵਿਲ ਰਿਸਪੋਂਡ ਟੂ ਯੋਰ ਕਮੈਂਟਸ. ਥੈਂਕ ਯੂ.